ਆਪੀ ਸੀਗੀ ਅੱਜ ਜੁਗਨੂ ਚੌਧਰੀ ਖੜਾ ਜੇ ਠੀਕ ਹੈ ਤੇ ਪਰੇ ਉਹ ਚਿੱਟੀ ਬੰਨੀ ਹੋਈ ਹੈ ਤੇ ਪੈਨ ਤੋਂ ਪਰੇ ਇਹ ਮਾਦੀ ਮੈਂ ਇੱਧਰ ਲੈ ਆਂਦੀ ਹੈ ਠੀਕ ਹੈ ਕਿਉਂਕਿ ਮੈਂ ਸਟੈਲਾ 2 ਨੂੰ ਇੱਧਰ ਲੈ ਕੇ ਆਇਆ ਠੀਕ ਹੈ ਆ ਸਟੈਲਾ ਵਾਲੇ ਕੇ ਇਹਦੇ ਵਿੱਚ ਐਂਡ ਵਾਲੇ ਚ ਤੇ ਅੱਖ ਦਾ ਸ਼ੌਕ ਕਰੋ ਠੀਕ ਹੈ ਜੀ ਪੀਲੀ ਅੱਖ ਦਾ ਆ ਵਿੱਚ ਮੈਂ ਖਾ ਲਾਲ ਡੋਰੇ ਆ ਇਹਦੇ ਇਹ ਜਿਹੜਾ ਮੇਰੇ ਕੋ ਨੀਲਾ ਕਬੂਤਰ ਆ ਉਹਦਾ ਬੱਚਾ ਹੁਣ ਸਹੀ ਨਜ਼ਰ ਆ ਰਿਹਾ ਠੀਕ ਹੁਣ ਸਹੀ ਫੋਕਸ ਕੀਤਾ ਨੇ ਵੇਖੋ ਪੀਲੀ ਅੱਖ ਆ ਲਾਲ ਡੋਰੇ ਆ ਤੇ ਪਹਿਲੇ ਤੋਂ ਜ਼ਿਆਦਾ ਕਾਲੀ ਸੀ ਮਲੈਤੀ ਯਾਨੀ ਮਾਂ ਚਿੱਟੀ ਸੀ ਪਿਓ ਨੀਲਾ ਸੀ ਇਹ ਘਰ ਦਾ ਪੱਠਾ ਆਪਣੇ ਠੀਕ ਹੈ ਇਹ ਨਾਰੇ ਆ ਤੇ ਆ ਜਿਹੜੀ ਮਾਦੀ ਦੇ ਨਾਲ ਮੁੱਲ ਲਈ ਸੀ ਨਾ ਮੇਰਾ ਇਰਾਦਾ ਕਿ ਇਹਦੇ ਨਾਲ ਇਹਦਾ ਜੋੜਾ ਲਾਈਏ ਠੀਕ ਹੈ ਜੀ ਇਹ ਵੀ ਹਲਕੀ ਹਲਕੀ ਪੀਲੀ ਅੱਖਾਂ ਇਹਦੀ ਮਾਦੀ ਦੀ ਮਲੈਤੀ ਮਾਦੀ ਆ ਮਾਦੀ ਚੰਗੀ ਲੱਗ ਰਹੀ ਤੇ ਮੇਰੀ ਸਲਾਹ ਗਿਆ ਬਿਸਮਿਲਲਾ ਕਰਕੇ ਦੱਸੋ ਜਰਾ ਜੋੜਾ ਕਿਦਾ ਲੱਗਾ ਵਿੱਚ ਟੋਕਰੀ ਕੱਢ ਦਿੰਨੇ ਹੁਣੀ ਜਰਾ ਬਾਹਰ ਟੋਕਰੀ ਲੱਗਾ ਜਰਾ ਬਾਹਰ ਕੱਢਣ ਨਿਗਾ ਨਿਗਾ ਸਹੀ ਆ ਜਾਣਗੇ ਆ ਵੇਖੋ ਜਰਾ ਜੋੜਾ ਕਿਦਾ ਜੀ ਹੁਣ ਮੈਂ ਕੋ ਆਪਣੀ ਮਸਤੀ 'ਚ ਖੜੇ ਆ ਨਾ ਇਹ ਪੱਠਾ ਆਪਣਾ ਹੁਣ ਤਾਂ ਕਬੂਤਰ ਬਣ ਗਿਆ ਗੁਟਕ ਦਾ ਬੁਰਾ ਤੇ ਇਹ ਕਬੂਤਰੀ ਨਾਲ ਦੇਖੇ ਨਾ ਗੁਟਕ ਦਾ ਵੀ ਉਹਨੂੰ ਮਾਰਦਾ ਵੀ ਹੈ ਇਹ ਕਰੇ ਨਾ ਕੋ ਦੋ ਚਾਰ ਦਿਨ ਇਕੱਠੇ ਤੇ ਜੋੜਾ ਲੱਗ ਜਾਣਾ ਇਹਨਾਂ ਦਾ ਦੱਸੋ ਜਰਾ ਮਾੜਾ ਜਿਹਾ ਕਮੈਂਟ ਖਾਉਣਾ ਜਿਹਾ ਕਰ ਗਏ ਕਿਦਾ ਲੱਗੇਗਾ ਜੋੜਾ ਤੇਰੀ ਵੀਰੋ ਪੱਠਾ ਛੱਡਿਆ ਜੇ ਕਿਸੇ ਮਾਦੀ ਨਾਲ ਯਾਨੀ ਇਹਦੇ ਬੱਚੇ ਨਿਕਲਣੇ ਤੇ ਪਹਿਲੇ ਹੀ ਨਿਕਲਣੇ ਆ ਸੋਹਣਾ ਮਜਲਾ ਪੱਠਾ ਉੱਡਦਾ ਬੜਾ ਸੋਹਣਾ ਵਫਾਦਾਰ ਬੜਾ ਆ ਲਿਆ ਸੀ ਇਹਨੂੰ ਮੱਝ ਆਪ ਗੁਟਕਦਿਆਂ ਵੇਖਿਆ ਜਿਹਨੂੰ ਟੇਪਾਂ ਲੱਗੀਆਂ ਹੋਈਆਂ ਆ ਕਾਲੀ ਚੁੰਝ ਵਾਲਾ ਇਹਦੇ ਨਾਰਾ ਪੱਕਾ ਇਹਨੂੰ ਟੇਪਾਂ ਲੱਗੀਆਂ ਆਪ ਬੜਾ ਗੁਟਕਦਾ ਆ ਤੇ ਆਹ ਵੇਖੋ ਵੇਖੋ ਹਾਂ ਜ਼ਰਾ ਹੁਣ ਇੱਕ ਦੋ ਤਿੰਨ ਚਾਰ ਤੇ ਪੰਜ ਟੋਕਰੀਆਂ ਜੱਬੂ ਨੇ ਲਾ ਦਿੱਤੀਆਂ ਜੀ ਹੁਣ ਇਹ 'ਚ ਪੰਜ ਜੋੜੇ ਬਹਿਣਗੇ ਤਾਂ ਜਨਾਬ ਚੱਸ ਫਿਰ ਆਏਗੀ ਸਹੀ ਅਸਲ 'ਤੇ ਹਾਂਜੀ ਅਸਲਾਮ ਅਲੈਕਮ ਤੇ ਕੀ ਹਾਲ ਹੈ ਸਾਰੇ ਮੇਰਾ ਵੀਰਾਂ ਦਾ ਜਨਾਬ ਉਮੀਦ ਕਰਦੇ ਹਾਂ ਸਾਰੇ ਵੀਰ ਭਰਾ ਠੀਕ ਠਾਕ ਹੋਗੇ ਖੁਸ਼ਬਾਸ਼ ਹੋਗੇ ਜਨਾਬ ਸਭ ਤੋਂ ਪਹਿਲਾਂ ਤਾਂ ਕਮੈਂਟ ਕਰਕੇ ਦੱਸੋ ਹਾਂ ਜਨਾਬ ਜੋੜਾ ਕੈਸਾ ਰਹੇਗਾ ਠੀਕ ਹੈ ਇੱਕ ਦੀਆਂ ਅੱਖਾਂ ਹਲਕੀਆਂ ਪੀਲੀਆਂ ਨੇ ਇੱਕ ਦੀਆਂ ਜ਼ਿਆਦਾ ਪੀਲੀਆਂ ਨੇ ਅਤੇ ਮੇਰਾ ਦਿਲ ਸੀ ਇਸ ਬੱਚੇ ਦੇ ਗਾਂਹ ਬੱਚੇ ਲੈਣ ਦਾ ਕਿਉਂਕਿ ਸਾਡੇ ਘਰ ਜਿਹੜਾ ਬੱਚਾ ਨਿਕਲਿਆ ਸੀ ਨਾ ਉਹ ਆ ਜਦੋਂ ਮੈਂ ਘਰ ਕਬੂਤਰ ਰੱਖੇ ਹੁੰਦੇ ਫਿਰ ਗਾਂਹ ਜਵਾਨ ਹੋਇਆ ਉੜਿਆ ਪਰਖਿਆ ਵਾਪਸ ਵੀ ਆਇਆ ਠੀਕ ਹੈ ਇਕੱਲਾ ਅਤੇ ਇਸ ਕਰਕੇ ਮੈਨੂੰ ਬੜਾ ਪਸੰਦ ਆ ਇਹਦੇ ਨਾਲ ਜਿਹੜੀ ਇਹਦੀ ਵੱਡੀ ਮਾਦੀ ਸੀ ਉਹਦਾ ਕਮੋਡਾ ਖਰਾਬ ਸੀ ਉਹਨੇ ਹੁਣ ਦੂਸਰੀ ਦਫ਼ਾ ਬੱਚੇ ਕੱਢੇ ਹੋਏ ਪਹਿਲੀ ਦਫ਼ਾ ਦਾ ਬੱਚਾ ਆ ਬੈਠਾ ਹੋਇਆ ਚਿੱਟਾ ਜਿਹੜਾ ਠੀਕ ਹੈ ਅਤੇ ਦੂਸਰੀ ਦਫ਼ਾ ਦਾ ਬੱਚੇ ਨੂੰ ਫਿਰ ਡੜੇ ਮਾਸ਼ਾਅੱਲਾ ਮੈਂ ਅੱਜ ਵੇਖੇ ਬੱਚੇ ਕੱਢੇ ਹੋਏ ਬੜੇ ਦਿਨਾਂ ਬਾਅਦ ਉਹ ਵੀ ਬਾਹਰ ਆ ਗਿਆ ਸੀ ਅਤੇ ਬੱਚਾ ਡਿੱਗਿਆ ਮੈਂ ਚੱਕ ਕੇ ਅੰਦਰ ਰੱਖਿਆ ਦੇਖਿਆ ਸੀ ਬੱਚੇ ਇਕੱਲੇ ਹੋਏ ਅਤੇ ਬੜੀ ਖੁਸ਼ੀ ਹੁੰਦੀ ਜੇ ਤੁਹਾਡੇ ਘਰ ਕੋਲ ਬੱਚੇ ਨਿਕਲਣ ਗਾਂਹ ਜਵਾਨ ਹੋ ਗਏ ਗਾਂਹ ਤੁਹਾਡੀ ਬ੍ਰੀਡ ਬਣੇ ਅਤੇ ਅੱਲਾ ਰੱਖੇ ਖੈਰ ਇਨਸ਼ਾਅੱਲਾ ਤਾਲਾ ਹੁਣ ਕਬੂਤਰਾਂ ਵਾਲੇ ਪਾਸੇ ਵੀ ਹੁੰਦੇ ਹਾਂ ਠੀਕ ਹੈ ਅਤੇ ਇਹ ਕੱਲ੍ਹ ਆਪਣੇ ਕੁਛ ਵੀਰ ਜਿਹੜੇ ਗਿਫਟ ਕਰਕੇ ਗਏ ਸੀ ਪਿਛਲੇ ਵਲੌਗ ਤੁਸੀਂ ਵੇਖਿਆ ਹੋਣਾ ਇਹਨਾਂ ਮੈਂ ਮਾਦੀ ਅਤੇ ਇਹ ਨਾਰ ਠੀਕ ਹੈ ਜੀ ਇਹ ਉਹਨਾਂ ਨੇ ਮੈਨੂੰ ਗਿਫਟ ਕੀਤਾ ਸੀ ਇੰਜਰੀਆਂ ਛਾਵਾਂ ਇਨਸ਼ਾਅੱਲਾ ਰੱਖਣੀਆਂ ਹੁਣ ਆਪਾਂ ਕੋਈ ਟੈਡੀ ਸ਼ੈਡੀ ਸੋਹਣੇ ਸੋਹਣੇ ਕਬੂਤਰ ਨਾ ਜਿਹੜੇ ਉੱਡਣ ਵਾਲੇ ਹੋਣ ਚਲੋ ਸ਼ੌਕ ਦੇ ਨਾਲ ਨਾਲ ਡੌਗਸ ਦੇ ਨਾਲ ਨਾਲ ਬੰਦਾ ਹੈ ਕਿ ਜ਼ਰਾ ਗਡਾਉਣ ਦਾ ਸ਼ੌਕ ਵੀ ਕਰਨਾ ਹੋਵੇ ਚਲੋ ਬੰਦਾ ਵੀ ਸ਼ੁਕਰ ਮਿਲਾ ਵੇਖ ਲੇ ਹੌਲੀ ਹੌਲੀ ਪੈਸੇ ਲਾਵਾਂਗੇ ਇੱਥੇ ਪਾਰਟੀਸ਼ਨ ਕਰਕੇ ਜਿੱਦਾਂ ਟੋਕਰੀਆਂ ਲਾਈਆਂ ਨਾ ਅਸੀਂ ਤਾਂ ਚੰਗੇ ਚੰਗੇ ਜੋੜੇ ਲਿਆ ਕੇ ਰੱਖਦੇ ਹਾਂ ਅਗਰ ਚੰਗਾ ਸ਼ੌਕ ਹੋਵੇ ਤੇ ਕਮੈਂਟ ਕਰਕੇ ਦੱਸਿਓ ਹਾਂ ਜ਼ਰਾ ਦੋਸਤੋ ਕੈਸੇ ਲੱਗਿਆ ਜੇ ਤੁਹਾਨੂੰ ਜੋੜਾ ਤੇ ਕੈਸੇ ਰਹਿਣਗੇ ਆਪਣਾ ਅੱਗੇ ਜਾ ਕੇ ਉਹਨਾਂ ਦੇ ਬੱਚੇ ਆਹ ਕਬੂਤਰ ਜਿਹੜਾ ਬੈਠਾ ਉਹਦੇ ਬੱਚੇ ਆ ਹਾਂ ਜਿਹੜੇ ਤੁਹਾਨੂੰ ਪਿੰਜਰੇ 'ਚ ਨਜ਼ਰ ਆ ਰਿਹਾ ਜੱਬੂ ਨੇ ਪਿੰਜਰੇ 'ਚ ਪਾ ਕੇ ਬਾਹਰ ਰੱਖੇ ਇੱਕ ਨੀਲਾ ਇੱਕ ਚਿੱਟਾ ਇਹਨਾਂ ਨਾਲ ਦੀ ਮਾਦੀ ਸੀਗੀ ਟੈਡੀਆਂ ਦੀ ਉਹ ਉੱਡ ਗਈ ਜਿਹੜੀ ਗਵਾਚੀ ਸੀ ਮਾਦੀ ਕੋਈ ਇਹਨਾਂ ਨੇ ਮਾਰ ਸੀ ਬੱਚਿਆਂ ਦੀ ਜਿਹੜੀ ਗਵਾਚ ਗਈ ਹੈ ਅਤੇ ਬਾਕੀ ਹੁਣ ਕਬੂਤਰਾਂ ਦੁਆਲੇ ਹੋਣ ਲੱਗੇ ਇਹਨਾਂ ਨੇ ਹੁਣ ਆਂਡੇ ਲੈਣੇ ਆ ਵਾਸਤੇ ਨਾ ਆਹ ਵੇਖੋ ਸਾਰਾ ਬਰੀਡਿੰਗ ਸਿਸਟਮ ਇਹਨਾਂ ਦਾ ਲਾ ਦੇਣ ਲੱਗੇ ਆ ਆਹ ਗੰਦ ਛੰਦ ਸਾਰੇ ਪਿੰਜਰੇ ਪੁੰਜਰੇ ਇੱਥੋਂ ਚੱਕ ਕੇ ਸਾਫ਼ ਸਫਾਈ ਕਰਕੇ ਅਤੇ ਇਹਨਾਂ ਨੂੰ ਇਹੀ ਜਗ੍ਹਾ ਹੋਵੇਗਾ ਆਪਣੀਆਂ ਟੋਕਰੀਆਂ 'ਤੇ ਬਹਿਣ ਬਸ ਬਾਕੀ ਕਿਤੇ ਬਹਿਣ ਜਗ੍ਹਾ ਕੋਈ ਨਹੀਂ ਛੋਟੀਆਂ ਸਾਥੀਆਂ ਵੀ ਲਾ ਦੇਣੀਆਂ ਵਾ ਬਾਕੀ ਜਿਹੜੇ ਬੱਚੇ ਹੋਣਗੇ ਥੋੜ੍ਹੇ ਵੱਡੇ ਕਰਨਗੇ ਬੱਚਿਆਂ ਵਾਸਤੇ ਲਹਿਦਾ ਸਿਸਟਮ ਬਣਾਵਾਂਗੇ ਤਾਂ ਕਿ ਬੱਚਿਆਂ ਨੂੰ ਮਾਰਨ ਨਾ ਬੱਚੇ ਲਹਿਦਾ ਹੋਣ ਤਾਂ ਬਰੀਡਰ ਜੋੜੇ ਜਿਹੜੇ ਲਹਿਦਾ ਹੋਣ ਜ਼ੋਰੋ ਅਤੇ ਜ਼ੋਰੋ ਨੇ ਦਿਲ ਦੁੱਲ ਹਲੇ ਕੋਈ ਨਹੀਂ ਲਾਇਆ ਹੈਗਾ ਠੀਕ ਹੈ ਜ਼ੋਰੋ ਜ਼ੋਰੋ ਨਾ ਤਾਂ ਹਲੇ ਤੱਕ ਢੇਲ ਦੇਣ ਲੱਗਾ ਵਾ ਨਾ ਇਹ ਮੇਰੀ ਗੱਲ ਮੰਨਦਾ ਅਤੇ ਨਾ ਇਹ ਖਾਂਦਾ ਚੱਜ ਨਾਲ ਆ ਇਹਨੂੰ ਨਾ ਕੋਈ ਖਾਣ ਦਾ ਲਾਲਚ ਆ ਸਿਰਫ ਕੁਆਏ ਕੁੱਤੀ ਤੋਂ ਅਤੇ ਇਹ ਆ ਕਿ ਬਿਜਲੀ ਅੱਜ ਸਵੇਰ ਦੇ ਕੋਲੋਂ ਕ੍ਰਾਸ ਹੋ ਗਈ ਇੱਕ ਦਫ਼ਾ ਠੀਕ ਹੈ ਕੱਲ੍ਹ ਰਾਤੀ ਖੱਪਦੇ ਰਹੇ ਨਹੀਂ ਮੇਟ ਹੋਈ ਅਤੇ ਅੱਜ ਸ਼ੁਕਰ ਅੱਲਾ ਦਾ ਕਿ ਅੱਜ ਬਿਜਲੀ ਇਹਨਾਂ ਕੋਲ ਕ੍ਰਾਸ ਹੋ ਗਈ ਉਹਨਾਂ ਨੇ ਬਿਜਲੀ ਕਰਵਾ ਲਈ ਆ ਬਰਾ ਲੈ ਕੇ ਇਹਨੇ ਹਾਲੇ ਤੱਕ ਨਾ ਦਿਲ ਨਹੀਂ ਲਾਇਆ ਜਦੋਂ ਤੱਕ ਦਿਲ ਨਹੀਂ ਲਾਏਗਾ ਉਦੋਂ ਤੱਕ ਸਵਾਦ ਨਹੀਂ ਆਉਣਾ ਹਜੇ ਤੱਕ ਇਹਨੂੰ ਆਵਾਜ਼ ਵੀ ਦਿੰਦਾ ਇਹਨੂੰ ਪਤਾ ਨਹੀਂ ਲੱਗਦਾ ਹੈਗਾ ਯਾਨੀ ਪਿਛਲੇ ਸਾਈਆਂ 'ਤੇ ਹਜੇ ਤੱਕ ਇਹਦਾ ਦਿਲ ਆ ਹਾਲੇ ਤੱਕ ਇਹਨੇ ਮੈਨੂੰ ਅਸੈਪਟ ਨਹੀਂ ਕੀਤਾ ਨਾ ਹੀ ਇਹਨੇ ਸਾਡੇ ਇੱਥੇ ਮਾਹੌਲ ਨੂੰ ਅਸੈਪਟ ਕੀਤਾ ਇਹਨੂੰ ਅੰਦਰ ਪਿੰਜਰੇ 'ਤੇ ਆੜਿਆ ਸੀਗਾ ਫਿਰ ਕੱਢ ਕੇ ਬਾਹਰ ਬੰਨਿਆ ਮੈਂ ਕਿਹਾ ਇੱਥੇ ਖੁੱਲ੍ਹੀ ਜਗ੍ਹਾ 'ਤੇ ਰਹਿੰਦਾ ਸੀਗਾ ਇਹਨੂੰ ਖੁੱਲ੍ਹੀ ਜਗ੍ਹਾ 'ਤੇ ਰੱਖਦੇ ਹਾਂ ਅਤੇ ਚੱਲਦੇ ਹਾਂ ਬਾਕੀ ਸਾਰੇ ਡੌਗਸ 'ਚ ਬਾਹਰ ਬੰਨੇ ਤੁਹਾਨੂੰ ਵੀ ਥੋੜ੍ਹਾ ਸ਼ੌਕ ਕਰਾਉਂਦਾ ਉਹਨਾਂ ਦਾ ਅਤੇ ਮਿੱਟੀ ਪੱਟਣ ਲੱਗੀ ਹੈ ਮੈਂ ਬਾਹਰ ਬੰਨਿਆ ਨੇ ਟੋਆ ਮਾਰ ਦਿੱਤਾ ਉਹ ਸੁਣ ਲਿਆ ਨੇ ਹਟ ਜਾ ਹਾਂ ਹਟ ਜਾ ਧੁੱਪ ਬੜੀ ਸੋਹਣੀ ਲੱਗੀ ਸੀ ਰਾਤ ਠੰਡ ਬੜੀ ਸੀ ਯਾਰ ਠੰਡ ਵੀ ਲੱਗਦੀ ਰਹੀ ਅਤੇ ਮੈਂ ਕਿਹਾ ਜਾਂਦਰਾਂ ਨੂੰ ਸਾਰੀ ਗੱਲ ਲੱਗਦੀ ਹੋਣੀ ਠੰਡ ਅਤੇ ਇਸ ਕਰਕੇ ਅੱਜ ਮੈਂ ਸਾਰੇ ਬਾਹਰ ਧੁੱਪੇ ਬੰਨੇ ਸੀ ਕਮਾਂਡੋ ਸਾਡੇ ਧੁੱਪ ਲੈ ਕੇ ਆਪ ਖੜਾ ਰਿਹਾ ਸਵੇਰੇ ਬਸ ਇਹ ਲਿਆ ਕੇ ਇਹਨੂੰ ਮੰਦਰ ਤਾੜ ਦਿੱਤਾ ਮੈਂ ਕਿਹਾ ਬਿਹਤਰ ਇਹੀ ਕਿਉਂਕਿ ਪੱਟਾ ਕਢਾ ਲੈਂਦਾ ਮੈਂ ਲੜ ਪਵੇ ਨਾਲ ਜਾ ਕੇ ਜ਼ੋਰੋ ਨੇ ਕਿਸੇ ਨੇ ਜ਼ੋਰੋ ਹੋਵੇ ਕਿ ਪੱਟਾ ਛੱਟ
तो मिट्टी छिट्टी मार के तेरा अपना स्वाद लै रही है। लाइगर होनी तो वैसे खुले रहेंगे, बाकी सारे डॉग्स डेरे बाहर बने हुए। मैं स्टैला भी बाहर बनी हुई है, जुगनू भी बाहर बनया हुआ, तो पिंकी जी अपनी वाइट जी फीमेल भी बाहर बनी हुई है। जो भीर मैं बाहर बन के गया सी उदो तो सी अपनी चंकी भली धुप, तो हूँ छां आ गई है। वैसे भी सू गर्मी लगन लग पी सी। जुगनू चौधरी खड़ा जी ठीक है, तो परे वह चिट्टी बनी हुई है, तो पेन तो परे स्टाला बनी हुई, दूर दूर करके बनिया। वेखो लम्बिया चैना पाइया ने, खूब इंजॉय कर रहे थे, चंकी धुप सीखी इन्होंने भी, मुड़ के गर्मी लगन लग पी छां पास आ गए। हूँ सूरज वेखो घूम रहा, सूरज सिर पर आ गया, तो इतने थले छां आ गई दरख्तों ने बूटिया की, तो ये जे हूँ छां वाले पास आ गया, क्योंकि इन्होंने गर्मी लगन लग पी है। पानी अगे तुम मैं पिला के गया मगर मैं रखिया नहीं पानी इन्हों, मैं अगर ठंड आ तो पानी इन्होंने मैं रखिया नहीं, थोड़ा थोड़ा पिला के तो स्टैला अगर तसला पिया वेखो, मैं तसले इतने रख गया सगा। बाकी है कि बाकी मैं थोड़ा थोड़ा पानी पिलाया आ, मैं थोड़ा सेक लगे जिसमें उन्होंने रात की ठंड बड़ी सी, थोड़ा सुकून हो निग मिले, क्योंकि हीट भी जानवर को चाहिए है। हले इन्नी भी सर्दी नहीं हैगी, पर जो रात सिचुएशन इतने बनी हुई सी ना, लगता कि देर देर गड़े छड़े पर चंकी बाबा ठंड का माहौल से इतने, तो इस करके चलो झट धुप लग गई है। तो हूँ इन्होंने मैं लैके चला जनाब वापस, क्योंकि मैं तेरा घर जाना है, तो बाहर इदा बन के नहीं जाने, सब तो वही गल है। तो आद अफसोस से बेहतर है, खुल के आप च लड़ सकते हैं, किसी को फड़ सकते हैं, तो बाकी तो गल टेंशन कोई नहीं हैगी, बरल किसी पै जाए बखरी टेंशन है, बहर बन्ने भौंकते बड़े पे है, जोड़ा भी इन्हों लंघ दू शुरू हो जाते, एक बोलता सारे शुरू हो जाते, फिर बड़े लोग एवं परेशान हो गए। तो मैं जाने तो पहले उन्होंने भाई कितने कुंज के जावगा अंदर लैके भौंक रही है। किते निशानो शौकता जांदियां मुहब्बतां जे तालवें, किधरे किते नी तेरा रुतबा कटदा जे हस के बुला लवे किधरे। तो गाना ना मैं इस करके सुनाया यार, ये बड़ी तेज आ मादी, ये कुकड़ी जड़ी ना लुंडी ब्रांड है भी पूरी, किसी के नाल रलदी नहीं, ना मुर्गियां दे नाल रलदी है, तो ना लुंडी ब्रांड अंडा दे रही है। इस करके इन्हू मैं कैसे कितने नहीं तेरा रुतबा कटदा जे हस के कितने कुकड़ नू बुला लवे, कहती ना वीरे ना मुर्गे नू नहीं बुलाना, सारा लैदा लैदा वेखो आ मुर्गी उत्थे फेरी, दूसरी उत्थे फेरी, उधर फेरी, सारे लैदा लैदा ने, पर हले कि लुंडी ब्रांड सारा लैदा। मैं हूँ आ गया जनाब डेरे ते वापस, तो मैं वीर थोड़ा जहा शौक करवाइए, अज खोज थोड़ी जी ना चेंजिंग चूजिंग की है, वो मैं तुम्हें समझा लवा कि शायरी कितना चेंज की है। टोकरी वाले सीन तो तुम पहले वेख लिया ना, बड़ा जी डॉग्स आप चेंजिंग की, मैं तुम चेक करवा लगा ना, तो लाइगर की चेंजिंग की है, तो ना की कमांडो की, कमांडो तो इधर ही रहेगा, क्योंकि अपना मेन केज बनाया सी, तो दोस्तों है ही अपने डॉग्स वास्ते है, मेन ब्रीडर वास्ते है। बहरहाल एक मैंने जी प्रॉब्लम जी है ना, मैंने कल की टेंशन है, मैं थोड़े साझी कर लगा जी। है मादी मैं इधर ले आती है ठीक है, क्योंकि अपना स्टैला मैं उधर लैके गया हाँ, बड़िया रद्दो बदल कीतियां हाँ, तो इन मैं इधर लिया, वाइट उधर लैके गया हाँ, मैं स्टैला टू इधर लैके आया ठीक है, स्टैला वाले केज के एंड वाले इन्हू मैं इधर शिफ्ट कर दिता वा, ये भी हीट से हैगी, पर हले कले तक क्रॉस नहीं हुई हैगी, इन्हें अजे कोई चार पाँच दिन लै जाने फिर क्रॉस करावे। उदा माशाला वेखो कि सोहनी निखर गई अगे नालों, है कुत्ती बन गई पूरी, अलग रहेगा रह जाए बचे दे जाए तो होर सोहनी खूबसूरत बन जाएगी मादी। इन्हू मैं इधर लिया एंड से वह केज कर दिता खाली, तो वाइट मादी का केज उही है जिथे हैगी सी, अंदर वड़ गई है, दिन धुप्पे बनी सी बाहर, हूँ लगता ठंड लग रही है, तो यह इतें ही है। इनू मैं चेंज इन जगह भी चेंज की है, लाल मादी की भी ठीक है। इन मैं इधर लैके आया अपना एम रोटी पाई सी, उन्होंने कुत्ते उन्होंने खाधी नहीं, मैंने पा दी, तो यह लगी हुई रोटी खाण, तो इन मैं इधर लै आया, मगर इनका डर यह भी बड़ा रहा कि पटा पुटा ना कढ़ा लवे, क्योंकि ये छाल मार के बाहर आ जाती है, जुगनू अपनी जगह के उत्ते ही है, सिर्फ स्टैला की थोड़ी जगह चेंज की, स्टैला के पेट से पेट कहता अल्लाह माफी दे पैर से जख्म होया वा, तो पता नहीं चलिया पता नहीं कि चीज़ मैं बाहर लैके गया वा, उतो कोई चीज़ लगी कंडा लगा वा, जितने मैं सरगोदे गया वा जोरो लैन लिए, कल परसों गया सगा, जो तो वापस आके देखिया तो भाई इन्हें पैर से उत्तर जख्म लाल गई, मैं वेखी सी साफ करके पार्टी ने मैडिसन भी ला के गया सगा, बहरहाल जो तो वापस आके कल देखिया अपना परसों रात, तो पैर च कीड़े पै गए जख्म के, फिर उन्हें सफाई कर रहे हैं प्रॉपर भाई सवेर शाम, वो बड़ी मेरे वास्ते टेंशन जी बनी हुई है, अल्लाह का शुक्र है कि अगर नालों काफ़ी बेहतर आ। एक कहती फेस वाली एलर्जी सी, अब मैं निम के पानी छानी ने धोता वा, मैं कहो साफ हो जाए, तो दूसरा जोड़ा इन्हें पैर आ वो लैके बह गया जी, उन्हें नवी टेंशन पाती है, तो पानी इन मगर रोटी पा के गया सगा, पानी इन्हें कर दिता खाली, इन मैं लै आया हूँ इसके ये उपर छत हैगी, तो फिर छत का बड़ा आसरा आ, देखो उपर ने लगा हुआ, तो बाकी है कि मेरा हूँ इरादा बनता, मैं समझ नहीं आ रही कि मैं पहले केजिस करा मेल वास्ते या की करा, कोई
थोड़ी जी ना अंडरस्टैंडिंग हुई, चलो किसी दोस्त ना मशवरा करना, बल्कि थोड़े मशवरा कर लेना कि कोई मेरा देन है कि या तो सारे ने छत पवा दी उतो अगो फिल करा दी ठीक है दसो, तो या फिर हाफ हाफ छत पवा के यानी टाइल स्लेटा रखा के अगली साइड जी थोड़ी ओपन रख दी ताकि इन्हों हवा की क्रॉसिंग क्रूसिंग भी सही होंगी रहे। और एक एक मशवरा होर दो कि यार मेल वास्ते कि सिलेक्ट करिए कि जिस तरह जोरो आ जुगनू आ मेरी शायद इन्होंने ग्रिला लगवा के अगे तो बाकी उपर जाली या जो भी इंतजाम करना वा इन्हों का इंजदा करिए कि टेंशन ना हो। जिस तरह हम देखो कमांडो केज के अंदर इन्हें अंदर खुला वा तो मैं कोई प्रॉब्लम किसी किस्म की नहीं हैगी। मशवरा दो कि पहले केज सिलेक्ट कर लीए कि एंड वाले करिए, मैं कहना पहले कर लीए मेल वास्ते, फीमेल वास्ते लास्ट कर लीए क्योंकि फीमेल बाद दफा प्रैगनेंट होंगे ने या क्रॉस कराइया या बच्चे दिते होंगे ने वो एक साइड से रह जाएंगे तो मेरे हिसाब से ठीक है। तुम दसो हाँ क्योंकि पहले एक दो तीन एक लगी हुई है दोनों होर लवा लेने तीन केज हो जाने, एक जोरो बंद कर लाँगे एक जुगनू बंद कर लाँगे एक बच्चे ऑलरेडी स्टैला हैगी है तो या कोई इस अलावा कोई होर डॉग बंद करना भी दस्यो जरा। तो इस तरह जाली लगवा के बनवाई है कि अगर बिल्कुल बंद करवा देगी, मेरा इरादा अगले फीमेल वाले ने एक दो तीन जोड़े होने वो बंद करवा के मेल वाले ओपन रख लीए ये हम मशवरा दियो ठीक है। तो अज के ब्लॉग इतने कर दें तमाम होप के वीडियो अच्छी लगी तो लाइक करियो तो चैनल सबसक्राइब करियो, इंशाल्लाह कल तुहाडा वीर तुहाडे वास्ते सोहना जिहा ब्लॉग बनाएगा। अज मैं जल्दी मैं जाना कितने तो दुआ याद रखा करो कमेंट सैक्शन अपनी मोहब्बत इजहार करा करो, तुहाडे कमेंट मैं पढ़ा हूं ठीक है, तुहानू मैं कमेंट लाइक भी करता हूं जनाब। दुआ याद रखो फिर अल्लाह हाफिज़।